ਅੱਜ ਜੀ ਰੋਸ਼ ਬਹੁਤ ਜ਼ਿਆਦਾ ਵਧਿਆ ਹੋਇਆ ਜੀ, ਜਿਵੇਂ ਕਹਿੰਦੇ ਹੁੰਦੇ ਪਾਪ ਦਾ ਘੜਾ ਭਰਦੇ ਭਰਦੇ ਭਰ ਜਾਂਦਾ, ਅੱਜ ਉਹੀ ਕੰਮ ਬਰਨਾਲੇ ਹੋਇਆ ਪਿਆ ਜੀ। ਲੋਕੀ ਦੁਖੀ ਹੁੰਦੇ ਹੁੰਦੇ ਵਪਾਰੀ ਇੰਨੇ ਜ਼ਿਆਦਾ ਦੁਖੀ ਹੋ ਚੁੱਕੇ ਆ ਇਹਨਾਂ ਕਿਸਾਨ ਯੂਨੀਅਨ ਦੇ ਇਹ ਅਖੌਤੀ ਬੰਦਿਆਂ ਤੋਂ, ਕਿ ਇਹ ਲੋਕ ਅੱਜ ਕਹਿੰਦੇ ਅਸੀਂ ਆਪਦਾ ਚਾਹੇ ਵਪਾਰ ਸਾਨੂੰ ਬੰਦ ਕਰਨਾ ਜਿੰਨੀ ਮਰਜ਼ੀ ਦਿਨ ਬੰਦ ਕਰਨਾ ਪਵੇ, ਬਸ ਇਹ ਲੋਕਾਂ ਨੂੰ ਦੁਬਾਰਾ ਅਸੀਂ ਬਰਨਾਲੇ ਬਰਨ ਨਹੀਂ ਦੇਣਾ। ਜਿਸ ਤਰ੍ਹਾਂ ਕਿਸਾਨ ਜਥੇਬੰਦੀ ਕਿਹੜੀ ਜਥੇਬੰਦੀ ਤੰਗ ਕਰਦੀ? ਕਿਸਾਨ ਜਥੇਬੰਦੀਆਂ ਜੀ ਬਹੁਤ ਵਿੱਚ ਵਧੀਆ ਵੀ ਹਨ ਜੀ, ਅਸੀਂ ਕਿਸਾਨਾਂ ਦੇ ਦੁਸ਼ਮਣ ਨਹੀਂ ਹਾਂ, ਅਸੀਂ ਹਿਤੈਸ਼ੀ ਹਾਂ। ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਜਾ ਕੇ ਧਰਨਾ ਲਾ ਰਹੀਆਂ ਸੀ ਉਦੋਂ ਵਪਾਰੀਆਂ ਨੇ ਬਹੁਤ ਜ਼ਿਆਦਾ ਇਹਨਾਂ ਨਾਲ ਸਾਥ ਦਿੱਤਾ ਸੀ, ਪਰ ਇਹਦੇ ਵਿੱਚ ਕੁਛ ਇਸ ਤਰ੍ਹਾਂ ਦੇ ਕਿਸਾਨ ਵੀ ਹਨ ਜੋ ਇਸ ਨੂੰ ਹੁਣ ਬਿਜ਼ਨਸ ਬਣਾ ਚੁੱਕੇ ਹਨ। ਅੱਗੇ ਫਿਲਮਾਂ 'ਚ ਦੇਖਦੇ ਹੁੰਦੇ ਸੀ ਕਿ ਕੋਈ ਡੌਨ ਬਣ ਕੇ ਆ ਗਿਆ, ਉਹ ਕਹਿੰਦੇ ਤੁਸੀਂ ਕੋਈ ਗੱਲ ਹੁੰਦੀ ਹੈ ਮੇਰੇ ਕੋਲ ਆਓ। ਅੱਜ ਦੇ ਉਹ ਡੌਨ ਇਹ ਕਿਸਾਨ ਯੂਨੀਅਨ ਦੇ ਰੂਪ ਦੇ ਵਿੱਚ ਬਹੁਤ ਬੰਦੇ ਇਹੋ ਜਿਹੇ ਹੈ ਜਿਹੜੇ ਉਸ ਤਰੀਕੇ ਨਾਲ ਆ ਰਹੇ ਹੈ ਵੀ ਉਹ ਕਹਿੰਦੇ ਸਾਡੇ ਕੋਲ ਆਓ, ਕੁਛ ਵੀ ਗੱਲ ਹੋਵੇ ਇਹਨਾਂ ਦਾ 4 ਸਾਲ ਪੁਰਾਣਾ ਮਸਲਾ ਹੋਵੇ, 6 ਸਾਲ ਪੁਰਾਣਾ ਮਸਲਾ ਹੋਵੇ, ਉਹਦੇ ਵਿੱਚ ਵੀ ਆ ਕੇ ਖੜ੍ਹੇ ਹੋ ਜਾਂਦੀ ਹੈ। ਕਿਸੇ ਦਾ ਕੋਈ ਕਿਸੇ ਨੇ ਵਪਾਰੀਆਂ ਨੂੰ ਸੂਟ ਦਿੱਤਾ ਹੋਵੇ, ਉਹ ਸੂਟ ਪਾ ਲਿਆ ਹੰਢਾ ਲਿਆ, 1 ਸਾਲ ਬਾਅਦ ਆ ਕੇ ਕਹਿਣ ਤੁਹਾਡੇ ਦਾ ਸੂਟ ਹੀ ਨਹੀਂ ਚੱਲਿਆ। ਕਿਸੇ ਨੇ ਕੋਈ ਟਾਇਰ ਦਿੱਤੇ ਹੋਣ 2 ਸਾਲ ਬਾਅਦ ਘਸਾ ਕੇ ਕਹਿਣ ਤੁਹਾਡੇ ਟਾਇਰ ਹੀ ਨਹੀਂ ਚੱਲੇ, ਜਿਹਨੂੰ ਪੁੱਛੇ ਘਸੇ ਕਾਹਦੇ ਨਾਲ, ਕਹਿੰਦੇ ਅਸੀਂ ਕੰਮ ਤਾਂ ਲੈਣਾ ਹੀ ਸੀ। ਇੱਥੋਂ ਤੱਕ ਇਹ ਦੁਖੀ ਕਰੀ ਜਾਂਦੇ ਆ ਜੀ ਅੱਜ ਕੱਲ੍ਹ। ਅੱਜ ਕਿਸ ਮੰਗਾਂ ਨੂੰ ਲੈ ਕੇ ਹੁਣ ਮੰਗ ਹੈ ਪ੍ਰਸ਼ਾਸਨ ਤੋਂ ਸਰਕਾਰ? ਸਾਡੀ ਇਹੀ ਮੰਗ ਹੈ ਜੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਵੀ ਇਹਨਾਂ ਦੇ ਨਕੇਲ ਕੱਸੀ ਜਾਵੇ। ਜੇ ਬਾਂਸਲ ਟਾਇਰ ਵਾਲਾ ਜਿਸਦੇ ਖੇਤਰ ਕਾਰਨ ਇਹ ਸਾਰਾ ਬਰਨਾਲਾ ਬੰਦ ਹੋ ਰਿਹਾ, ਜੇ ਉਹਨਾਂ ਦੀ ਗਲਤੀ ਹੈ ਤਾਂ ਉਹਨਾਂ ਉੱਤੇ ਪਰਚਾ ਕੀਤਾ ਜਾਵੇ ਜੀ। ਵੀ ਜਿਹੜੇ ਬੰਦੇ ਇਹ ਨਜਾਇਜ਼ ਤੰਗ ਕਰ ਰਹੇ ਹੈ ਇਹਨਾਂ 'ਤੇ ਵੀ ਪਰਚਾ ਕੀਤਾ ਜਾਵੇ ਜੀ। ਜਦੋਂ ਇਹ ਮਾੜਾ ਜਿਹਾ ਕਿਸੇ ਬੰਦੇ ਦੇ ਮਾੜਾ ਜਿਹਾ ਵੀ ਹੱਥ ਲਾ ਦਿਓ, ਉਹਦੀ ਇਕੱਠੇ ਹੋ ਜਾਂਦੇ ਵੀ ਇਸ 'ਤੇ ਪਰਚਾ ਕਰੋ। ਅਤੇ ਇਹਨਾਂ ਨੇ ਪਰਸੋਂ ਸਾਰਿਆਂ ਨੇ ਦੇਖਿਆ ਜੀ, ਲਾਈਵ ਵੀਡੀਓ ਸਭ ਕੁਛ ਹੈਗੀ ਹੈ, ਇਹਨਾਂ ਦੇ ਵਪਾਰੀਆਂ 'ਤੇ ਸਿੱਧਾ ਡਾਂਗਾ ਮਾਰੀਆਂ ਜੀ। ਅਸੀਂ ਤਾਂ ਕਹਿੰਦੇ ਜਿੰਨੇ ਬੰਦੇ 'ਤੇ ਡਾਂਗਾ ਮਾਰੀਆਂ ਲਾਈਵ ਵੀਡੀਓ ਦੇ ਵਿੱਚ ਸਾਰੇ ਕੁਛ ਹੈਗਾ ਜੀ, ਉਹ ਸਾਰੇ ਬੰਦੇ ਨੂੰ ਫੜਿਆ ਜਾਵੇ, ਉਹਨਾਂ ਦੇ ਪਰਚਾ ਦਰਜ ਕਰਕੇ ਉਹਨੂੰ ਸਾਰਿਆਂ ਨੂੰ ਅੰਦਰ ਕੀਤਾ ਜਾਵੇ। ਜਿਹੜਾ 1 ਨੰਬਰ ਦਾ ਰੂਲ ਆ, ਵਪਾਰੀ ਸਭ ਤੋਂ ਵੱਧ ਟੈਕਸ ਦਿੰਦਾ, ਵਪਾਰੀ ਦੇ ਟੈਕਸ ਤੋਂ ਹੀ ਭਾਰਤ ਦੀ ਅਰਥ ਵਿਵਸਥਾ ਚੱਲਦੀ ਆ, ਰੇਲ ਗੱਡੀਆਂ ਚੱਲਦੀਆਂ ਨੇ, ਸੜਕਾਂ ਚੱਲਦੀਆਂ ਨੇ, ਫਲਾਈਓਵਰ ਬਣਦੇ ਆ। ਅੱਜ ਉਹ ਵਪਾਰੀ ਅਖੌਤੀ ਕਿਸਾਨ ਯੂਨੀਅਨ ਦੁਆਰਾ ਡਾਂਗਾ ਖਾ ਕੇ ਦੁਕਾਨਾਂ ਬੰਦ ਕਰਾਉਣ, ਕਿਉਂ ਕਰਾਉਣ? ਪ੍ਰਸ਼ਾਸਨ ਸਾਡੀ ਸੁਰੱਖਿਆ ਵਾਸਤੇ ਬੈਠਾ, ਪ੍ਰਸ਼ਾਸਨ ਨੂੰ ਅਸੀਂ ਟੈਕਸ ਦਿੰਦੇ ਹਾਂ, ਪ੍ਰਸ਼ਾਸਨ ਸਾਡੀ ਸੁਰੱਖਿਆ ਕਿਉਂ ਨਹੀਂ ਕਰ ਰਿਹਾ? ਕੁਛ ਬਲੈਕਮੇਲੀਏ ਅਖੌਤੀ ਕਿਸਾਨ ਯੂਨੀਅਨ ਵਾਲੇ ਸਾਡੀ ਦੁਕਾਨਾਂ ਦੇ ਮੂਹਰੇ ਆ ਕੇ ਬਹਿੰਦੇ ਆ, 20% ਕਮਿਸ਼ਨ ਸਾਥੋਂ ਮੰਗਦੇ, ਨਹੀਂ ਤਾਂ ਸਾਡੀ ਛੋਟੀ ਦੁਕਾਨਾਂ ਬੰਦ ਕਰਾਵਾਂਗੇ। ਇਹ ਕੀ ਧੰਦਾ ਵਾ? ਪ੍ਰਸ਼ਾਸਨ ਨੂੰ ਮੰਗ ਆ ਕਿ ਇਹੋ ਜਿਹੇ ਬਲੈਕਮੇਲਿੰਗ ਵਾਲੇ ਜਿਹੜੇ ਕਿਸਾਨਾਂ ਯੂਨੀਅਨ ਨੇ ਉਹਨਾਂ ਨੂੰ ਬੈਨ ਕੀਤਾ ਜਾਵੇ, ਵਪਾਰੀਆਂ ਨੂੰ ਸੁਰੱਖਿਆ ਦਿੱਤੀ ਜਾਵੇ। ਵਪਾਰੀ ਅੱਜ ਦੁਕਾਨ ਬੰਦ ਕਰਕੇ ਬਹਿੰਦਾ ਵਾ, ਕਿਸੇ ਨੂੰ ਸ਼ੌਕ ਨਹੀਂ ਹੈ, ਕਿਸੇ ਮਾਂ ਨੂੰ ਇਹ ਨਹੀਂ ਹੈ ਕਿ ਉਹ ਆਪਣੇ ਪੁੱਤ ਨੂੰ ਕੁੱਟੇ। ਵਪਾਰੀਆਂ ਦਾ ਸਭ ਤੋਂ ਵੱਡਾ ਕੰਮ ਉਹਨਾਂ ਦੀ ਦੁਕਾਨ ਆ, ਪਰ ਅੱਜ ਉਹ ਰੋਜ਼ ਦਿਨ ਆਪਣੀ ਦੁਕਾਨਾਂ ਬੰਦ ਕਰਕੇ ਸੜਕਾਂ 'ਤੇ ਉਤਰਿਆ, ਇਹੋ ਜਿਹੀ ਕੀ ਮਜ਼ਬੂਰੀ ਆ ਗਈ? ਮਜ਼ਬੂਰੀ ਆ ਗਈ ਕਿਉਂਕਿ ਡੇਲੀ ਹਰ ਰੋਜ਼ ਦੁਕਾਨਾਂ 'ਚ ਚੋਰੀਆਂ ਹੋ ਰਹੀਆਂ ਨੇ, ਗੁੰਡਾਗਰਦੀ ਹੋ ਰਹੀ ਆ, ਉੱਪਰੋਂ ਇਹ ਜਿਹੜੇ ਮਤਲਬ ਉਹਨੇ ਯੂਨੀਅਨ ਵਾਲੇ ਉਹ ਡੇਲੀ ਦੁਕਾਨਾਂ 'ਤੇ ਲਾ ਕੇ ਬਹਿ ਜਾਂਦੇ ਨੇ, 20,000 ਦਿਓ, 30,000 ਦਿਓ, 1 ਲੱਖ ਦਿਓ, ਕਿੱਥੋਂ ਵਪਾਰੀ ਪੈਸਾ ਦਊਗਾ? ਕਿ ਵਪਾਰੀ ਇਸ ਵਾਸਤੇ ਕਮਾਉਂਦਾ, ਤੁਸੀਂ ਨੌਕਰੀ ਕਰੋ, ਤੁਸੀਂ ਆਪਣੇ ਰੋਜ਼ਗਾਰ ਕਰੋ। ਉੱਪਰੋਂ ਇਹਨਾਂ ਦੀਆਂ ਮੰਗਾਂ ਕਿਸਾਨੀ ਯੂਨੀਅਨ ਦੀਆਂ ਮੰਗਾਂ ਕਿਸਾਨਾਂ 'ਤੇ ਹਿੱਤ ਵਾਸਤੇ ਹੋਣੇ ਚਾਹੀਦੀਆਂ ਨੇ, ਵਪਾਰੀਆਂ ਦੇ ਅਖੌਤੇ ਵਾਸਤੇ ਨਹੀਂ। ਵਪਾਰੀਆਂ ਦੇ ਦੁਕਾਨਾਂ 'ਤੇ ਆ ਕੇ ਤੁਸੀਂ MSP ਦੀ ਮੰਗ ਕਰੋ, ਮੋਦੀ ਨੂੰ ਘੇਰੋ, ਦਿੱਲੀ ਜਾਓ, ਕੁਛ ਵੀ ਕਰੋ, ਪਰ ਆਹ ਲੋਕਲ ਵਪਾਰੀਆਂ ਦੁਕਾਨ ਦੇ ਮੂਹਰੇ ਬਹਿਣਾ, ਵਪਾਰੀਆਂ ਦੇ ਘਰ ਦੇ ਬਾਹਰ ਬਹਿਣਾ, ਇਹ ਜਿਹੜੀ ਪੋਲਟਿਕਸ ਚੱਲੀ ਆ ਇਹ ਬਹੁਤ ਖਤਰਨਾਕ ਪੋਲਟਿਕਸ ਆ। ਪ੍ਰਸ਼ਾਸਨ ਨੂੰ ਅਤੇ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਕਿ ਇਹ ਪੋਲਟਿਕਸ ਉਹਨਾਂ ਨਾਲ ਮਿਲ ਕੇ ਖਤਮ ਹੋਣੀ ਚਾਹੀਦੀ ਆ, ਅਤੇ ਵਪਾਰੀਆਂ ਨੂੰ ਮਿਲਦੀ ਸੁਰੱਖਿਆ ਅਤੇ ਉਹਨਾਂ ਦੇ ਅਧਿਕਾਰ ਉਹਨੂੰ ਮਿਲਣੇ ਚਾਹੀਦੇ ਆ। ਸਾਡੇ ਨਾਲ ਹੋਰ ਵੀ ਵਪਾਰੀ ਨੇ ਗੱਲ ਕਰਦੇ, ਕੀ ਨਾਮ ਤੁਹਾਡਾ ਜੀ? ਉਪਿੰਦਰ ਸਰਪੰਚ ਜੀ। ਜਿਸ ਤਰ੍ਹਾਂ ਅੱਜ ਸਾਰੇ ਇਕੱਠੇ ਹੋਏ ਨੇ, ਕਿੰਨਾ ਕੁ ਰੋਸ ਹੈ ਅਤੇ ਕੀ ਕਿਸਾਨਾਂ ਵੱਲੋਂ ਕਿਹੜੀ ਮੰਗਾਂ ਕੀਤੀਆਂ ਨੇ ਜਿਹਦੇ ਕਰਕੇ ਸਾਰੇ ਅੱਜ ਵਿਰੋਧ ਵਿੱਚ ਨੇ? ਇਹ ਰੋਸ ਤਾਂ ਚੱਲ ਰਿਹਾ ਹੈ ਜੀ ਵੀ ਜਿਹੜੀ ਸਰਕਾਰ ਹੈ ਇਹ ਸਰਕਾਰ ਦਾ ਹੀ ਧੱਕਾ ਹੈਗਾ, ਜਿਹੜੀ ਕਿਸਾਨ ਯੂਨੀਅਨ ਨੂੰ ਸਹਿ ਦੇ ਰਹੀ ਹੈ। ਪ੍ਰਸ਼ਾਸਨ ਕੋਲ ਐਡੀ ਵੱਡੀ ਤਾਕਤ ਹੈ, ਚੂਹਾ ਵੀ ਨਹੀਂ ਬਾਹਰ ਨਿਕਲ ਸਕਦਾ। ਇਹ ਇੰਨਾ ਆ ਕੇ ਲਾਠੀਚਾਰਜ ਵਪਾਰੀਆਂ ਉੱਤੇ ਕੀਤਾ, ਇਹ ਬੜੀ ਦੁੱਖਦਾਇਕ ਘਟਨਾ ਹੈ ਵੀ ਇਹ ਘਟਨਾ ਇੱਕ ਨਹੀਂ ਹੋਣੀ, ਇਹ ਵਧੂਗੀ। ਇਸ ਕਰਕੇ ਵਪਾਰੀ ਸਾਨੂੰ ਵੀ ਹੁਕਮ ਆਇਆ ਵੀ ਅੱਜ ਬਰਨਾਲਾ ਬੰਦ ਆ,
ਅਸੀਂ 50 ਬੰਦ ਵੀ ਕਰਾਵਾਂਗੇ ਜੇ ਇਹ ਰੋਕਿਆ ਨਾ ਗਿਆ। ਅਸੀਂ ਇੱਥੇ ਦੇ ਮੀਟੇਰ ਨੂੰ ਵੀ ਕਹਿਣਾ ਚਾਹਾਂਗੇ ਵੀ ਉਹ ਵਪਾਰੀਆਂ ਦੇ ਦੁੱਖ 'ਚ ਆ ਕੇ ਖੜ੍ਹੇ, ਜੇ ਵੋਟਾਂ ਲੈਣੀਆਂ ਨੇ ਨਹੀਂ ਉਹਦਾ ਵੀ ਅਸੀਂ ਸ਼ਹਿਰ ਵੱਲੋਂ ਬਾਈਕਾਟ ਕਰਾਂਗੇ। ਇੱਕ ਪਾਸੇ ਪਤਾ ਲੱਗ ਰਿਹਾ ਕਿਸਾਨ ਵੀ ਆ ਰਹੇ ਨੇ, ਤੁਸੀਂ ਵੀ ਸੜਕਾਂ 'ਤੇ ਉਤਰ ਰਹੇ ਹੋ, ਕੀ ਲੱਗਦਾ ਕਿ ਬਰਾਬਰ ਤਾਂ ਦਿੱਤਾ ਜਾਊਗਾ? ਬਿਲਕੁਲ ਬਰਾਬਰ ਲੜਾਈ ਲੜਾਂਗੇ, ਆਪਦੇ ਹੱਕਾਂ ਵਾਸਤੇ ਲੜਾਈ ਲੜਨੀ ਹੈ, ਨਾ ਕਿ ਕਿਸੇ ਵਾਸਤੇ ਲੜਾਈ ਲੈਣੀ ਹੈ। ਜੇ ਅੱਜ ਅਸੀਂ ਪਿੱਛੇ ਹਟਾਂਗੇ ਤਾਂ ਕਿਸੇ ਦੀ ਸੁਣਵਾਈ ਨਹੀਂ ਹੋਣੀ। ਅੱਜ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਹੀ ਚੇਤਾਵਨੀ ਦਿੰਦੇ ਹਾਂ ਵੀ ਇਹ ਕੰਮ ਬੰਦ ਕੀਤਾ ਜਾਵੇ, ਅਤੇ ਬਰਨਾਲੇ ਵਿੱਚ ਪੂਰਾ ਰੋਸ ਹੈ, ਇਦੂ ਬਾਅਦ ਸਾਰਾ ਜ਼ਿਲ੍ਹਾ ਬੰਦ ਹੋਊਗਾ, ਫਿਰ ਪੰਜਾਬ ਬੰਦ ਹੋਊਗਾ, ਸਾਰੇ ਵਪਾਰੀਆਂ ਨਾਲ ਬੇਨਤੀ ਲੈ। ਜੇ ਮੈਂ ਰੋਸ ਦੀ ਗੱਲ ਕਰਾਂ ਤਾਂ ਲਗਭਗ ਇਹ 2 ਸਾਲ ਤੋਂ ਲੋਕ ਦੁਖੀ ਹੋਏ ਪਏ ਨੇ, ਇਕੱਲਾ ਬਰਨਾਲਾ ਵੀ ਸਾਰਾ ਪੰਜਾਬ, ਹਰਿਆਣਾ, ਦਿੱਲੀ ਤੱਕ ਇਹਨਾਂ ਨੇ ਲੋਕਾਂ ਦਾ ਰਾਹ ਰੋਕ ਰੱਖਿਆ। ਔਰ ਮੇਰਾ ਖਿਆਲ ਹੈ ਆਪਣੇ ਪਿੰਡ 'ਚੋਂ 5% ਵੀ ਬੰਦੇ ਨਹੀਂ ਹੈਗੇ ਜਿਹੜੇ ਇਹਨਾਂ ਦੇ ਨਾਲ ਨੇ, ਬਾਕੀ ਸਾਰੇ ਇਹਨਾਂ ਦੇ ਖਿਲਾਫ਼ ਨੇ। ਹੁਣ ਜਿਹੜੀ ਅੱਜ ਦੀ ਪਿਛਲੇ ਇਹ ਹੈ ਬੇਟਾ, ਪੰਜਾਬ ਸਾਰਾ ਬੰਬ 'ਤੇ ਬੈਠਾ, ਬੰਬ 'ਤੇ ਅੱਜ ਤਾਂ ਬੰਦ ਹੀ ਹੋਇਆ, ਅਤੇ ਕੱਲ੍ਹ ਨੂੰ ਇਹ ਵੀ ਹੋ ਸਕਦਾ ਦੁਕਾਨਾਂ ਨੂੰ ਜੰਗੇ ਲਾ ਕੇ ਚਾਬੀਆਂ ਵੀ ਲੋਕ ਸਰਕਾਰ ਨੂੰ ਦੇ ਦੇਣ। ਇੰਡਸਟਰੀ ਬਾਹਰ ਜਾ ਰਹੀ ਹੈ, ਜਿਹਦਾ ਬੱਸ ਲੱਗਦਾ ਉਹ ਇੱਥੋਂ ਜਾ ਰਿਹਾ, ਜਿਵੇਂ ਬਾਹਰਲੇ ਦੇਸ਼ਾਂ 'ਚ ਵੀ ਜਾ ਰਹੇ ਨੇ ਅਤੇ ਵਪਾਰੀ ਬਾਹਰਲੇ ਸਟੇਟਾਂ 'ਚ ਵੀ ਜਾ ਰਹੇ ਨੇ। ਇਸ ਕਰਕੇ ਸਾਡੀ ਪੁਰਜ਼ੋਰ ਅਪੀਲ ਕੀਤੀ ਹੈ ਸਰਕਾਰ ਨੂੰ, ਜੇ ਪੰਜਾਬ ਨੂੰ ਬਚਾਇਆ ਜਾਂਦਾ ਤਾਂ ਬਚਾ ਲਓ, ਨਹੀਂ ਪੰਜਾਬ 'ਚ ਇੱਥੇ ਆਉਣ ਵਾਲੇ ਦਿਨਾਂ 'ਚ ਕੋਈ ਵੀ ਧਮਾਕਾ ਹੋ ਸਕਦਾ, ਇੰਨਾ ਇਕੱਠ ਹੈ, ਗਲਤ ਅੰਸਰ ਇੱਥੇ ਫਿਰਦੇ ਨੇ, ਕੱਲ੍ਹ ਨੂੰ ਕੋਈ ਵੀ ਇੱਥੇ ਕੁਛ ਕੋਈ ਵੀ ਗਲਤ ਕੰਮ ਕਰ ਸਕਦਾ। ਜਿਹਦੀ ਜ਼ਿੰਮੇਵਾਰੀ ਸਰਕਾਰ ਕਰਦੇ ਨੇ ਵਪਾਰੀਆਂ ਨੂੰ, ਕਿਸਾਨ ਵਪਾਰੀਆਂ ਤੋਂ ਤਾਂ ਇਹ ਵਪਾਰੀਆਂ ਨੂੰ ਲੁੱਟ ਰਹੇ ਨੇ, ਕੋਈ ਬਹਾਨਾ ਲੈ ਕੇ ਕਿਸੇ ਬਹਾਨੇ ਨਾਲ ਤੁਹਾਡੇ ਇੱਥੇ ਫੈਕਟਰੀ 'ਚ ਮੱਖੀਆਂ ਨੇ। ਆਪ ਉੱਥੇ ਮੈਂ ਇਹੋ ਜਿਹੀਆਂ ਧਾਰਨਾ ਦੇਖੀਆਂ ਨੇ, ਪੋਲਟਰੀ ਫਾਰਮਾਂ ਦੇ ਅੱਗੇ ਆਪ ਆ ਕੇ ਖੰਡ ਸਿੱਟ ਜਾਂਦੇ ਨੇ, ਖੰਡ ਸਿੱਟ ਕੇ ਉੱਥੇ ਮੱਖੀਆਂ ਨੇ ਆਉਣੀਆਂ, ਦੂਜੇ ਦਿਨ ਉੱਥੇ ਆ ਕੇ ਮੂਵੀਆਂ ਬਣਾਉਂਦੇ ਨੇ ਔਰ ਫਿਰ ਪੈਸੇ ਲੈਂਦੇ ਨੇ। ਕਿਹੜਾ ਦੁਕਾਨਦਾਰ ਹੈ ਬਰਨਾਲੇ 'ਚ ਇਨਕੁਆਇਰੀ ਕਰਾਈ ਜਾਵੇ ਜਿਹੜਾ ਇਹਨਾਂ ਤੋਂ ਦੁਖੀ ਨਹੀਂ ਹੈਗਾ? ਬੱਚਾ ਬੱਚਾ ਇਹਨਾਂ ਤੋਂ ਦੁਖੀ ਹੈਗਾ, ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ, ਜਿਵੇਂ ਨਸ਼ਿਆਂ ਦਾ ਸਰਕਾਰ ਨੂੰ ਪਤਾ ਹੈ ਉਵੇਂ ਸਰਕਾਰ ਨੂੰ ਇਹ ਵੀ ਪਤਾ ਬਿਨਾਂ ਕਿਵੇਂ ਲੋਕਾਂ ਨੂੰ ਲੁੱਟਦੇ ਨੇ। ਮਸਲਾ ਕਿਸ ਦਾ ਹੁੰਦਾ? ਆਪ ਵਿਚੜ ਕੇ ਸਮੱਸਿਆ ਕਰੋ, ਨਹੀਂ ਅਸੀਂ ਧਰਨਾ ਲਾਉਣੇ ਆ। ਅੱਜ ਕਿਸਾਨ ਵੀ ਸੜਕਾਂ ਦੇ ਉਤਰਨ ਦੀ ਗੱਲ ਕਰ ਰਹੇ, ਤੁਸੀਂ ਇਹ ਤਾਂ ਕਿਸਾਨ ਥੋੜ੍ਹੀ ਨੇ ਜਿਹੜੇ ਉਤਰ ਰਹੇ ਨੇ, ਕਿਹੜੇ ਕਿਸਾਨ ਨੇ? ਕਿਸਾਨ ਤਾਂ ਆਪਦੇ ਖੇਤਾਂ 'ਚ ਜਾ ਕੇ ਦੇਖੋ, ਸਾਡੇ ਇੱਥੇ ਬੈਠੇ ਆਲੇ ਦੁਆਲੇ ਉਹ ਵਿਚਾਰੇ, ਕੋਈ ਵਡਾਈ ਕਰਦਾ, ਕੋਈ ਪਾਣੀ ਲਾਉਂਦਾ, ਕੋਈ ਸਪਰੇਅ ਕਰਦਾ, ਕੋਈ ਬੀਜਣ ਦੀ ਤਿਆਰੀ ਕਰਦਾ, ਇਹ ਕਿਹੜੇ ਕਿਸਾਨ ਨੇ? ਇਹ